तो प्रगट सिंह के साथ ही निशान अब इस दुनिया में नहीं रहे हैं। निशान जिनकी उम्र 32 वर्ष बताई जा रही है। आपको बता दें कि प्रगट सिंह के साथ पिछले कई दिनों से निशान सेवा करता हुआ नजर आ रहा था। आप ये देख सकते हैं, ये पश्चिमी यमुना नहर है और इसी पश्चिमी यमुना नहर से दर्जनों लाशें बाहर निकालने का काम जो है निशान द्वारा जरूर देखा गया। और आपको एक तस्वीर साझी करना चाहेंगे। आप ये देख सकते हैं, यही वो तस्वीर है, कल की ये तस्वीर हम आपको दिखा रहे हैं। आपको यह बता दें कि कल एक बुजुर्ग महिला की लाश को बाहर निकाला था, तब की ये तस्वीर हम आपको दिखा रहे हैं। निशान जो कि किरमिच गाँव का रहने वाला है और पिछले कई दिनों से जो है प्रगट सिंह के साथ जो है सेवा करता हुआ जरूर नजर आ रहा था। और किस प्रकार से बहुत ही ये दुखद विषय है, परिवार के लिए बहुत ही दुखद विषय है। हालांकि निशान की शादी नहीं हुई थी, लेकिन परिवार का चिराग जो है बुझ जाता है। और किस प्रकार से लावारिस लाशों को बाहर निकालने का काम जो है निशान द्वारा जरूर देखा गया। तो जो भी लोग हमारे इस वीडियो को देख रहे हैं, इस वीडियो को आप शेयर भी अवश्य करें। इस विषय में प्रगट सिंह का क्या कहना है, आप इस वीडियो को अंत तक जरूर देखें। ਕੀ ਗੱਲ ਹੈ ਕਿ ਵੇਖੋ, ਜਿਵੇਂ ਦੀ ਆਪਣੀ ਲਾਈਨਅਪ ਹੁੰਦੀ ਹੈ, ਜਿਵੇਂ ਨੇ ਪਰਮਾਤਮਾ ਨੇ ਸੇਵਾ ਲਾਈ ਸੀ, ਕੱਲ੍ਹ ਹੀ ਯਾਨੀ ਜਾਂਦਾ ਵੀ ਆਖਰੀ ਵਾਰ ਵੀ ਉਹ ਦੇਸ਼ ਵਾਸਤੇ ਸਮਾਜ ਵਾਸਤੇ ਇੱਕ ਸੇਵਾ ਕਰਕੇ ਗਿਆ। ਕੱਲ੍ਹ 12 ਤੋਂ 3 ਵਜੇ ਦੇ ਵਿੱਚ ਨਿਸ਼ਾਨ ਨੇ ਇੱਕ 70 ਸਾਲ ਦੀ ਮਾਤਾ ਦੀ ਲਵਾਰਿਸ ਲਾਸ਼ ਕੱਢੀ, ਉਹਨੂੰ ਉਹਦੇ ਪਰਿਵਾਰ ਤੱਕ ਪਹੁੰਚਾਇਆ। ਔਰ ਜਾਂਦਾ ਹੋਇਆ ਵੀ ਉਹ ਗੋਤਾਖੋਰਾਂ ਦਾ ਨਾਮ, ਜਾਂਦਾ ਹੋਇਆ ਵੀ ਆਪਣੀ ਟੀਮ ਦਾ ਨਾਮ, ਜਾਂਦਾ ਹੋਇਆ ਵੀ ਆਪਣੇ ਮਾਂ ਬਾਪ ਦਾ ਨਾਮ, ਆਪਣੇ ਪਰਿਵਾਰ ਦਾ ਨਾਮ ਦੁਨੀਆ 'ਤੇ ਅਮਰ ਕਰਕੇ ਗਿਆ। ਕੱਲ੍ਹ ਹੀ 12 ਵਜੇ ਇੱਕ 70 ਸਾਲ ਦੀ ਮਾਤਾ ਦੀ ਲਾਸ਼ ਕੱਢੀ ਔਰ ਅੱਜ ਖੁਦ ਇੱਕ ਲਾਸ਼ ਬਣ ਕੇ ਇਸ ਦੁਨੀਆ ਤੋਂ ਅਲਵਿਦਾ ਹੋ ਗਿਆ ਨਿਸ਼ਾਨ। ਅਸੀਂ ਪਰਿਵਾਰ ਦੇ ਬਾਰੇ ਵੀ ਜਾਣਕਾਰੀ ਦਾਂਗੇ। ਸੋ ਜਿੰਨਾ ਵੀ ਪਰਿਵਾਰ ਲਾਈਵ ਜੁੜਿਆ, ਪਲੀਜ਼ ਸ਼ੇਅਰ ਕਰਨਾ। ਔਰ ਕਿਸੇ ਇੱਕ ਬਹੁਤ ਵੱਡੀ ਸੰਸਥਾ ਜਾਂ ਕੋਈ ਦਿਲ ਦਾ ਅਮੀਰ ਜਿਹੜਾ ਮੇਰਾ ਵੀਰ ਹੋਵੇ, ਮੈਂ ਉਹਨੂੰ ਅੱਜ ਰਿਕੁਐਸਟ ਵੀ ਕਰਾਂਗਾ, ਕਿਉਂਕਿ ਪਹਿਲਾਂ ਅਸੀਂ ਕਦੀ ਇਹਨਾਂ ਦਾ ਲਾਈਵ ਨਹੀਂ ਕੀਤਾ। ਅੱਜ ਮੈਂ ਆਪਣੇ ਗੋਤਾਖੋਰ ਜੋ ਨਿਸ਼ਾਨ ਸੀ, ਜੋ ਮੇਰੇ ਹਿਸਾਬ 'ਚ ਦੁਨੀਆ ਦਾ ਸਭ ਤੋਂ ਅਮੀਰ ਗੋਤਾਖੋਰ ਸੀ, ਕਿਉਂਕਿ ਘਰ ਦੀ ਸਥਿਤੀ ਜ਼ਿਆਦਾ ਠੀਕ ਨਹੀਂ ਹੈ, ਲੇਕਿਨ ਫਿਰ ਵੀ ਅੱਧੇ ਫੋਨ ਦੇ ਉੱਤੇ ਨਹਿਰ ਦੇ ਉੱਤੇ ਪਰਿਵਾਰ ਪਹੁੰਚਦਾ ਸੀ, ਦੋਵੇਂ ਭਰਾ ਪਹੁੰਚਦੇ ਸੀ। ਮੈਂ ਪਹਿਲਾਂ ਵੀ ਲਾਈਵ ਕਰਦਾ ਕਿ ਇੱਕ ਪੰਜਾਬ ਤੋਂ ਚੱਲੀ ਲਾਸ਼, ਇੱਕ ਕਰਨਾ ਹਰਿਆਣਾ ਤੋਂ ਚੱਲੀ ਲਾਸ਼, ਇੱਕ ਅੰਬਾਲਾ ਤੋਂ ਚੱਲੀ ਲਾਸ਼ ਜਦੋਂ ਵੀ ਕਿਰਮਚ ਪਹੁੰਚਦੀ ਸੀ ਤਾਂ ਤੁਰੰਤ ਇਹ ਦੋਵੇਂ ਭਰਾ ਸਾਡੇ ਟੀਮ ਦਾ ਜੋ ਸਾਥੀ ਮਾਮੂ ਸੀ ਆਪਣੇ ਭਰਾ ਨਿਸ਼ਾਨ ਨਾਲ ਪਹੁੰਚਦਾ ਸੀ ਔਰ ਪਰਿਵਾਰ ਲਾਸ਼ ਲੈ ਜਾਂਦਾ ਸੀ, ਪੁਲਿਸ ਆਪਣੇ ਚਲੀ ਜਾਂਦੀ ਸੀ। ਲੇਕਿਨ ਇਹ ਪਰਿਵਾਰ ਹਰ ਪਰਿਵਾਰ ਵਾਸਤੇ ਚਾਹ ਪਾਣੀ ਦੀ ਵੀ ਸੇਵਾ ਸਦਾ ਹੀ ਕਰਦਾ ਰਿਹਾ, ਸਦਾ ਹੀ ਸਮਾਜ ਦੇ ਵਿੱਚ ਆਪਣੀ ਪਹਿਚਾਣ ਬਣਾਉਣ ਵਾਸਤੇ ਇਸ ਪੂਰੇ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ। ਅੱਜ ਮੇਰੀ ਪੂਰੀ ਟੀਮ, ਸਾਥੀ ਸਿੰਦਰ, ਨਰਿੰਦਰ, ਗੁਰਵਿੰਦਰ, ਮਨਿੰਦਰ ਜੀ, ਸੁਰਿੰਦਰ ਜੀ ਔਰ ਗੁਰੂ ਜੀ ਦੇ ਨਾਲ, ਸੁਰਿੰਦਰ ਜੀ ਨਾਲ ਪਹੁੰਚੇ ਹਾਂ ਪਰਿਵਾਰ ਦੇ ਕੋਲ। ਔਰ ਦੇਰ ਰਾਤ ਜੋ ਹਾਰਟ ਅਟੈਕ ਹੀ ਅਜੇ ਅਸੀਂ ਕਹਿ ਸਕਦੇ ਹਾਂ, ਹਾਰਟ ਅਟੈਕ ਹੀ ਅਜੇ ਕਹਿ ਸਕਦੇ ਹਾਂ ਕਿ ਜੋ ਗੋਤਾਖੋਰ ਨਿਸ਼ਾਨ ਸੀ, ਕੱਲ੍ਹ ਤੁਸੀਂ ਲਾਈਵ ਵੇਖਿਆ ਸੀ, ਮੈਂ ਉਹਦੀ ਫੋਟੋ ਵੀ ਜ਼ਰੂਰ ਵਿਖਾਉਣ ਦੀ ਕੋਸ਼ਿਸ਼ ਕਰਾਂਗਾ। ਨਿਸ਼ਾਨ ਦੀ ਫੋਟੋ ਹੈ ਸੀ ਕੱਲ੍ਹ ਦੋਸਤੋ, ਕੱਲ੍ਹ ਤੁਸੀਂ ਲਾਈਵ 'ਚ ਇਹ ਚਿਹਰਾ ਵੇਖਿਆ ਹੋਣਾ, ਜਿਹਨੇ ਕੱਲ੍ਹ 80 ਸਾਲ ਦੀ ਮਾਤਾ ਨਹਿਰ ਦੇ ਵਿੱਚੋਂ ਕੱਢੀ ਸੀ। ਨੇੜੇ ਕਰੀ ਐਂਬੂਲੈਂਸ। ਸੋ ਲਾਈਵ ਆ ਜੀ, ਪਲੀਜ਼ ਨਾਲੋਂ ਨਾਲ ਸ਼ੇਅਰ ਜ਼ਰੂਰ ਕਰੀ ਜਾਣਾ। ਦੋਸਤੋ ਇਹ ਆ ਕੱਲ੍ਹ ਦੀ ਤਸਵੀਰ, ਕੱਲ੍ਹ 2 ਵਜੇ ਦੀ ਤਸਵੀਰ ਹੈ। ਗੋਤਾਖੋਰ ਸੀ ਨਿਸ਼ਾਨ, ਜਿਹਨੇ 70 ਸਾਲ ਦੀ ਮਾਤਾ ਦੀ ਲਾਸ਼ ਕੱਲ੍ਹ ਆਖਰੀ ਵਾਰ ਉਹਨਾਂ ਦੇ ਪਰਿਵਾਰ ਤੱਕ ਪਹੁੰਚਾਈ ਸੀ, ਆਖਰੀ ਵਾਰ ਆਪਣੀ ਸੇਵਾ ਕੀਤੀ ਸੀ, ਆਖਰੀ ਵਾਰ ਗੋਤਾਖੋਰੀ ਨੂੰ ਅਲਵਿਦਾ ਕਰਕੇ ਆਪਣੀ ਆਖਰੀ ਸੇਵਾ ਸਮਾਜ ਵਾਸਤੇ, ਦੇਸ਼ ਵਾਸਤੇ ਕੀਤੀ ਸੀ। ਇਹ ਗੋਤਾਖੋਰ ਨਿਸ਼ਾਨ ਦੀ ਆਖਰੀ ਤਸਵੀਰ ਹੈ, ਜੋ ਕੱਲ੍ਹ ਮੇਰੇ ਨਾਲ ਉਹਨੇ ਆਪਣੀ ਆਖਰੀ ਸੇਵਾ 70 ਸਾਲ ਦੀ ਮਾਤਾ ਦੀ ਲਾਸ਼ ਕੱਢੀ ਸੀ। ਸੋ ਮੈਂ ਇੱਕ ਵਾਰ ਧੰਨਵਾਦ ਵੀ ਕਰਨਾ ਇਹਨਾਂ ਦੇ ਪੂਰੇ ਜੋ ਆਂਢੀ ਗੁਆਂਢੀ ਭਰਾ ਵੇ, ਜਿੰਨੇ ਵੀ ਇਹਨਾਂ ਦਾ ਪੜੋਸ ਹੈ, ਸਾਰਾ ਸਵੇਰ ਦਾ ਇਸ ਪਰਿਵਾਰ ਦੇ ਨਾਲ ਲੱਗਾ ਹੋਇਆ। ਔਰ ਚਾਹ ਪਾਣੀ ਦੀ ਸੇਵਾ ਵੀ ਇਹਨਾਂ ਦੇ ਆਂਢੀ ਗੁਆਂਢੀ, ਇਹਨਾਂ ਦਾ ਪਿੰਡ ਕਿਰਮਚ, ਕਿਰਮਚ ਪਿੰਡ। ਦੋਸਤੋ ਮੈਂ ਪਹਿਲਾਂ ਵੀ 2-3 ਵਾਰ ਲਾਈਵ 'ਚ ਕਹਿ ਚੁੱਕਿਆ ਕਿ ਜਿੰਨੀਆਂ ਵੀ ਪਰਿਵਾਰ, ਕਿਉਂਕਿ ਪੰਜਾਬ ਔਰ ਹਰਿਆਣਾ ਦੀ ਇੱਕ ਮੇਨ ਪੁੜੀ ਲਾਸ਼ਾਂ ਦੀ ਰਹੀ ਹੈ ਕਿਰਮਚ, ਔਰ ਜਿੰਨੇ ਵੀ ਪਰਿਵਾਰਾਂ ਦਾ ਕੋਈ ਗਵਾਚ ਜਾਂਦਾ ਸੀ ਜਾਂ ਨਹਿਰ 'ਚ ਡਿੱਗ ਜਾਂਦਾ ਸੀ, ਅਤੇ ਟੋਟਲ ਪਰਿਵਾਰ ਕਿਰਮਚ ਪੁਲੀ ਦੇ ਉੱਤੇ ਆਣ ਕੇ ਰਾਤ ਨੂੰ ਬਹਿੰਦੇ ਨੇ, ਪਹਿਰਾ ਲਾਉਂਦੇ ਨੇ। ਸੋ ਇਹ ਪਿੰਡ ਸ਼ੁਰੂ ਤੋਂ ਹੀ ਸੇਵਾਦਾਰ ਪਿੰਡ ਰਿਹਾ, ਔਰ ਹਰ ਪਰਿਵਾਰਾਂ ਨੂੰ ਇਹ ਚਾਹ ਪਾਣੀ ਦੀ ਸੇਵਾ
पहुँचाते रहने। सो मैं मामू नू पूछांगा कि आखिर किन्ने बजे हादसा हो गया और आखिरी बार टीम दे साथी साडा होनहार मामू राम इन्हां ना मामू कदों होया हादसा? रात पता लगे भाजी, रात ही हो गए 12-1 बजे। हाँ पता लगे, मैं सवेरे ही वेख्या है। सो धन्यवाद जी सारे फेसबुक परिवार का और पूरे किरमच पिंड का भी बहुत ही योगदान है। सो एक बार मैं अपील करांगा नालों नाल वीडियो नू शेयर करी जाना, उन्हां दी माता नाल भी गल करांगा। दोस्तों मैं अपील करदा अगर मेरी ये वीडियो किसी संस्था कोल पहुँचे, किसी भी देश की संस्था कोल पहुँचे, तो आप इस परिवार की सेवा सहायता जरूर करांगे। उन्हां दी माता है और अपने जो गोताखोर से निशान उन्हां दे अपने उन्हां दा घर है। दोस्तों मैं लाइव दे विच पहला भी कई बार कहा, घर दे विच हालात बेशक गरीबी सी लेकिन दिल दे अमीर परिवार है, सदा परिवारां दे नाले खड़े रहने, सदा चाह पानी की सेवा करते रहने। सो इन्हां दे परिवार वास्ते भी मेरी संवेदना है। और कल ही जांदा अपनी सेवा करके गया, 71 साल की जो माता सी उहनूं उहदे परिवार तक पहुँचा के गया। अगर कोई परिवार, कोई संस्था, कोई एक शख्स अगर इस परिवार की सहायता सेवा कर सकता है तो जरूर करो। सो घर के हालात भी आप लाइव के विखा दें। दोस्तों ये गोताखोर निशान का बेचारे का गरीब का घर है और काफ़ी गरीबी इन्हों के घर के। मैं अपील करांगा अगर कोई संस्था ना जुड़िया, कोई भी दिल का अमीर बंदा मेरी वीडियो नाल जुड़िया तो वीडियो नू शेयर करो इस परिवार की सहायता वास्ते। अगे जरूर आए क्योंकि सदा ही ये परिवार समाज वास्ते सेवा वास्ते साडे नाल खड़ा रहा। और कल ही निशान ने आखिरी लाश आखिरी बार अपनी सेवा की सी और तकरीबन 70 साल की बुजुर्ग माता की लाश उन्होंने परिवार तक पहुँचाई। सो इस परिवार की सहायता भी आप सारे जरूर करनी है। सो लाइव आ फेसबुक पेज गोताखोर प्रगट सिंह और वीडियो नू शेयर करी जाना क्योंकि एक गोताखोर निशान इस दुनिया तो अलविदा हो चुका जो कल ही अपनी आखिरी बार उन्हें सेवा की सी उन्होंने पिंड उन्होंने घर तो लाइव आ। फिलहाल हार्ट अटैक आप कह सकते हैं जो परिवार के माध्यम तो पता लगा। चलो निकलो, चलो गिंदे, चलो निकलो। सोना का परिवार है, सोना का सारा हालात मैं थोड़ा फाते नहीं दिता पर इन्हों की सहायता, इन्हों परिवार की सहायता जरूर करा। सो लाइव जुड़े हैं।